ਬਿਨਾਂ ਆਗਿਆ ਸਪੀਕਰ ਚਲਾਉਣ ਤੇ ਹੋਵੇਗੀ ਪੁਲਿਸ ਕਾਰਵਾਈ। ਖਰੜ ਦੇ DSP ਪਾਲ ਸਿੰਘ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਵੱਜ ਰਹੇ ਗੈਰ ਕਾਨੂੰਨੀ ਸਪੀਕਰ ਨਹੀਂ ਚੱਲਣ ਦਿੱਤੇ ਜਾਣਗੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਬੱਚਿਆਂ ਦੇ ਪੇਪਰ ਸ਼ੁਰੂ ਹੋ ਰਹੇ ਹਨ ਅਤੇ ਇਸ ਦੌਰਾਨ ਇਹ ਸਪੀਕਰ ਆਮ ਲੋਕਾਂ ਦੇ ਨਾਲ ਨਾਲ ਇਮਤਿਹਾਨ ਦੇਣ ਵਾਲੇ ਬੱਚਿਆਂ ਲਈ ਸਮੱਸਿਆ ਬਣਦੇ ਹਨ। ਉਹਨਾਂ ਕਿਹਾ, ਬੱਚਿਆਂ ਦੇ ਜਿਹੜੇ ਸਾਲਾਨਾ ਇਗਜ਼ਾਮ ਸ਼ੁਰੂ ਹੋ ਰਹੇ ਹੈ ਅਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਵਿੱਚ ਕੋਈ ਪੇਸ਼ੈਂਟ ਆ ਜਾਂ ਕੋਈ ਹੋਰ ਹੈ, ਲੋਕ ਬੜੇ ਡਿਸਟਰਬ ਹੋ ਰਹੇ ਆ। ਇੱਥੇ ਅਨਆਥੋਰਾਈਜ਼ ਜਿਹੜੇ ਹੈ ਸਪੀਕਰ, ਲਾਊਡ ਸਪੀਕਰ ਜਿਹੜੇ ਕਾਫੀ ਜ਼ਿਆਦਾ ਵੱਜ ਰਹੇ ਆ, ਕੋਈ ਰੇਹੜੀਆਂ ਫੜੀਆਂ 'ਤੇ ਲੈ ਕੇ, ਕੋਈ ਕੱਪੜੇ ਵਾਲਾ, ਕੋਈ ਹੋਰ ਛੋਟੀਆਂ ਗੱਡੀਆਂ 'ਤੇ, ਟੈਂਪੂਆਂ ਟੂਪੂਆਂ 'ਤੇ ਲੈ ਕੇ ਜਿਹੜੇ ਆ ਲਾਊਡ ਸਪੀਕਰ ਲਾ ਕੇ ਅਨਆਥੋਰਾਈਜ਼ ਬਿਨਾਂ ਮਨਜ਼ੂਰੀ ਤੋਂ ਘੁੰਮ ਰਹੇ ਆ ਅਤੇ ਉਹਦੇ 'ਚ ਪਬਲਿਕ ਨੂੰ ਬਹੁਤ ਡਿਸਟਰਬੈਂਸ ਹੋ ਰਹੀ ਹੈ ਅਤੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਨਆਥੋਰਾਈਜ਼ ਜਿਹੜੇ ਆ ਲਾਊਡ ਸਪੀਕਰ ਲੈ ਕੇ ਵਜਾਉਂਦੇ ਹੋਏ ਸ਼ਹਿਰ 'ਚ ਨਾ ਘੁੰਮਣ, ਸਿਰਫ ਮਨਜ਼ੂਰੀ ਨਾਲ ਹੀ ਜਿਹੜੇ ਲਾਊਡ ਸਪੀਕਰ ਚੱਲਣ ਅਤੇ ਜੇਕਰ ਇਸ ਤਰ੍ਹਾਂ ਦਾ ਕੋਈ ਅਨਆਥੋਰਾਈਜ਼ ਕੋਈ ਫੜਿਆ ਗਿਆ ਉਹਦੇ ਖਿਲਾਫ਼ ਜਿਹੜੀ ਆ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਕੀਤੀ ਜਾਊਗੀ। ਅਤੇ ਅੱਜ ਹੀ ਮੈਂ ਜਿਹੜਾ ਇਹਨਾਂ ਸਾਰੇ ਸਬ ਡਿਵੀਜ਼ਨ ਦੇ SHO ਨੂੰ ਇਹ ਲਿਖਤੀ ਤੌਰ 'ਤੇ ਭੇਜ ਰਿਹਾ ਤਾਂ ਕਿ ਇਹ ਪਬਲਿਕ ਨੂੰ ਕੋਈ ਅਸੁਵਿਧਾ ਨਾ ਹੋਵੇ। ਖਰੜ ਤੋਂ ਕੈਮਰਾਮੈਨ ਯਸ਼ਪ੍ਰੀਤ ਦੇ ਨਾਲ ਸ਼ਮਿੰਦਰ ਸਿੰਘ ਦੀ ਰਿਪੋਰਟ।